ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਥੇ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਿਰਸਾ ਆਰੰਭ ਹੋਇਆ ਉਸ ਸੰਬੰਧ ਵਿੱਚ ਅਸੀਂ ਇੱਥੇ ਫੋਰਮ ਭਰਨ ਲਈ ਆਏ ਹਾਂ ਔਰ ਮੈਂ ਪਿਛਲੀ ਵਾਰ ਵੀ ਇਸੇ ਹਲਕੇ ਤੋਂ ਆਪਣੀ ਸੰਗਤਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਸੀ ਔਰ ਇਸ ਵਾਰ ਫਿਰ ਸੰਗਤਾਂ ਨੇ ਮੈਨੂੰ ਮੌਕਾ ਦੇ ਰਹੀਆਂ ਨੇ ਸੇਵਾ ਕਰਨ ਦਾ। ਮੈਂ ਆਪਣੀ ਤੁਸ਼ਬੁੱਧੀ ਅਨੁਸਾਰ ਆਪਣੀ ਜਥਾ ਸ਼ਕਤੀ ਅਨੁਸਾਰ ਜਿੰਨੀ ਕੁ ਸੇਵਾ ਕਰ ਸਕਿਆ ਮੈਂ ਕੀਤੀ ਹੈ ਅਤੇ ਕੁਛ ਕਮੀਆਂ ਰਹਿ ਵੀ ਗਈਆਂ ਹੋਣਗੀਆਂ, ਸੁਭਾਵਿਕ ਹੈ ਜਿਹੜਾ ਕੰਮ ਕਰਦਾ ਕਮੀਆਂ ਵੀ ਉਸੇ ਕੋਲ ਰਹਿੰਦੀਆਂ ਨੇ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਜੋ ਮੇਰੇ 5 ਸਾਲ ਨੇ ਉਸ ਵਿੱਚ ਵੀ ਮੈਂ ਪੰਥ ਦੀ ਔਰ ਇਸ ਇਲਾਕੇ ਦੀ ਸੇਵਾ ਕਰ ਸਕਾਂ ਕਿਉਂਕਿ ਮੇਰਾ ਬਾਰਡਰ ਬੈਲਟ ਦਾ ਇਲਾਕਾ ਪਿਛੜਿਆ ਹੋਇਆ ਇਲਾਕਾ, ਇਸ ਵਿੱਚ ਪ੍ਰਚਾਰਕਾਂ ਦੀ ਕਮੀ ਹੈ, ਰਾਗ ਬਾਕੀ ਹੋਰ ਕਈ ਸਾਧਨ ਨਹੀਂ ਹਨ ਜਿਹੜੇ ਮੈਂ ਪ੍ਰੋਵਾਈਡ ਕਰਵਾਵਾਂਗਾ ਇਸ ਇਲਾਕੇ 'ਚ ਆ ਕੇ ਔਰ ਆਪਣੀ ਜੋ ਗੁਰੂ ਸਾਹਿਬ ਮੇਰੇ ਕੋਲ ਸੇਵਾ ਲੈਣਗੇ ਮੈਂ ਆਪਣੀ ਤੁਸ਼ਬੁੱਧੀ ਅਨੁਸਾਰ ਸੇਵਾ ਕਰਨ ਦੇ ਯਤਨ ਕਰਾਂਗਾ। ਆਸ ਹੈ ਕਿ ਸੰਗਤ ਮੈਨੂੰ ਸੇਵਾ ਦਾ ਮੌਕਾ ਦੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਗ ਰਾ